15 ਤੋਂ 20 ਮਿੰਟ ਸਰ। ਅੱਛਾ, ਕੀ ਕੁਛ ਮੰਗਾਇਆ ਸੀਗਾ? ਉਹਨਾਂ ਨੇ ਜੀ ਆਪਣਾ ਬ੍ਰੇਕਫਾਸਟ ਕੀਤਾ ਜੀ। ਸਰ ਇੰਨਾ ਪਤਾ ਨੀ ਲੱਗਿਆ, ਫੋਰਸ ਜ਼ਿਆਦਾ ਸੀਗੀ ਉਹਨਾਂ ਨਾਲ। ਹਾਂਜੀ, ਸਾਨੂੰ ਤਾਂ ਅੰਦਰ ਵੜਨ ਨਹੀਂ ਦਿੱਤਾ, ਬਸ ਇਕੱਲੀ ਫੋਰਸ ਹੀ ਸੀਗੀ। ਤੁਹਾਡੇ ਨਾਲ ਗੱਲਬਾਤ ਹੋਈ? ਨਹੀਂ ਜੀ, ਨਹੀਂ ਕੋਈ ਗੱਲਬਾਤ ਨਹੀਂ। ਨਾ ਜੀ, ਹੈਲੋ ਵੀ ਨਹੀਂ ਕਰਦੇ? ਨਹੀਂ ਜੀ, ਉਹ ਤਾਂ ਬਸ ਸਿਕਿਉਰਿਟੀ ਜ਼ਿਆਦਾ ਸੀ। ਸਿਕਿਉਰਿਟੀ ਜ਼ਿਆਦਾ ਸੀ। 15 ਤੋਂ 20 ਮਿੰਟ ਸਰ। ਅੱਛਾ, ਕੀ ਕੁਛ ਮੰਗਾਇਆ ਸੀਗਾ? ਉਹਨਾਂ ਨੇ ਜੀ ਆਪਣਾ ਬ੍ਰੇਕਫਾਸਟ ਕੀਤਾ ਜੀ। ਸਰ ਇੰਨਾ ਪਤਾ ਨਹੀਂ ਲੱਗਿਆ, ਫੋਰਸ ਜ਼ਿਆਦਾ ਸੀਗੀ ਉਹਨਾਂ ਨਾਲ। ਹਾਂਜੀ, ਸਾਨੂੰ ਤਾਂ ਅੰਦਰ ਵੜਨ ਨਹੀਂ ਦਿੱਤਾ, ਬਸ ਇਕੱਲੀ ਫੋਰਸ ਹੀ ਸੀਗੀ। ਤੁਹਾਡੇ ਨਾਲ ਗੱਲਬਾਤ ਹੋਈ? ਨਹੀਂ ਜੀ, ਨਹੀਂ ਕੋਈ ਗੱਲਬਾਤ ਨਹੀਂ। ਨਾ ਜੀ, ਹੈਲੋ ਵੀ ਨਹੀਂ ਕਰਦੇ? ਨਹੀਂ ਜੀ, ਉਹ ਤਾਂ ਬਸ ਸਿਕਿਉਰਿਟੀ ਜ਼ਿਆਦਾ ਸੀ। ਸਿਕਿਉਰਿਟੀ ਜ਼ਿਆਦਾ ਸੀ। 15 ਤੋਂ 20 ਮਿੰਟ ਸਰ। ਅੱਛਾ, ਕੀ ਕੁਛ ਮੰਗਾਇਆ ਸੀਗਾ? ਉਹਨਾਂ ਨੇ ਜੀ ਆਪਣਾ ਬ੍ਰੇਕਫਾਸਟ ਕੀਤਾ ਜੀ। ਸਰ ਇੰਨਾ ਪਤਾ ਨਹੀਂ ਲੱਗਿਆ, ਫੋਰਸ ਜ਼ਿਆਦਾ ਸੀਗੀ ਉਹਨਾਂ ਨਾਲ। ਹਾਂਜੀ, ਸਾਨੂੰ ਤਾਂ ਅੰਦਰ ਵੜਨ ਨਹੀਂ ਦਿੱਤਾ, ਬਸ ਇਕੱਲੀ ਫੋਰਸ ਹੀ ਸੀਗੀ। ਤੁਹਾਡੇ ਨਾਲ ਗੱਲਬਾਤ ਹੋਈ? ਨਹੀਂ ਜੀ, ਨਹੀਂ ਕੋਈ ਗੱਲਬਾਤ ਨਹੀਂ। ਨਾ ਜੀ, ਹੈਲੋ ਵੀ ਨਹੀਂ ਕਰਦੇ? ਨਹੀਂ ਜੀ, ਨਹੀਂ ਉਹ ਤਾਂ ਬਸ ਸਿਕਿਉਰਿਟੀ ਜ਼ਿਆਦਾ ਸੀ। ਸਿਕਿਉਰਿਟੀ ਜ਼ਿਆਦਾ ਸੀ। 15 ਤੋਂ 20 ਮਿੰਟ ਸਰ। ਅੱਛਾ, ਕੀ ਕੁਛ ਮੰਗਾਇਆ ਸੀਗਾ? ਉਹਨਾਂ ਨੇ ਜੀ ਆਪਣਾ ਬ੍ਰੇਕਫਾਸਟ ਕੀਤਾ ਜੀ। ਮੱਖਣ ਖਾਇਆ ਤੇ ਆਲੂ ਦਾ ਪਰੌਂਠਾ ਜੀ। 15 ਤੋਂ 20 ਮਿੰਟ ਜੀ। ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਇੱਕਦਮ ਜਦੋਂ ਰਾਹੁਲ ਗਾਂਧੀ ਜੀ। ਚਲੋ ਬੰਦ ਕਰੋ ਜੀ ਉਹਨੂੰ ਬਸ। ਤੁਸੀਂ ਕਿਸ ਤਰ੍ਹਾਂ ਹੈਰਾਨ ਹੋਏ ਜਦੋਂ ਰਾਹੁਲ ਗਾਂਧੀ ਇੱਕਦਮ ਅੰਦਰ ਆ ਰਹੇ? ਸਰ ਇੰਨਾ ਪਤਾ ਨਹੀਂ ਲੱਗਿਆ, ਫੋਰਸ ਜ਼ਿਆਦਾ ਸੀਗੀ ਉਹਨਾਂ ਨਾਲ। ਅੱਛਾ, ਹਾਂਜੀ, ਸਾਨੂੰ ਤਾਂ ਅੰਦਰ ਵੜਨ ਨਹੀਂ ਦਿੱਤਾ, ਬਸ ਇਕੱਲੀ ਫੋਰਸ ਹੀ ਸੀਗੀ। ਤੁਹਾਡੇ ਨਾਲ ਗੱਲਬਾਤ ਹੋਈ? ਨਹੀਂ ਜੀ, ਨਹੀਂ ਕੋਈ ਗੱਲਬਾਤ ਨਹੀਂ। ਨਾ ਜੀ, ਹੈਲੋ ਵੀ ਨਹੀਂ ਕਰਦੇ? ਨਹੀਂ ਜੀ, ਉਹ ਤਾਂ ਬਸ ਸਿਕਿਉਰਿਟੀ ਜ਼ਿਆਦਾ ਸੀ। ਸਿਕਿਉਰਿਟੀ ਜ਼ਿਆਦਾ ਸੀ।